ਦੁਨੀਆ ਦੇ 150 ਅਜਿਹੇ ਸ਼ਹਿਰ ਜਿਹੜੇ ਪੜ੍ਹਾਈ ਲਈ ਚੰਗੇ ਮੰਨੇ ਜਾਂਦੇ ਨੇ, ਉਹਨਾਂ 'ਚ ਭਾਰਤ ਦੇ 3 ਸ਼ਹਿਰਾਂ ਦਾ ਨਾਮ ਵੀ ਆਇਆ, ਜਿਨ੍ਹਾਂ 'ਚ ਦਿੱਲੀ ਵੀ ਹੈ, ਮੁੰਬਈ ਵੀ ਹੈ, ਬੰਗਲੌਰੂ ਵੀ ਹੈ ਅਤੇ ਚੇਨਈ ਵੀ ਹੈ। ਚਾਰ ਸ਼ਹਿਰਾਂ ਦਾ ਜ਼ਿਕਰ ਹੈ। 150 ਸ਼ਹਿਰਾਂ ਦੇ ਵਿੱਚ ਦਿੱਲੀ ਵੀ ਸ਼ਾਮਿਲ ਹੈ। ਸੋ ਇਸ ਲਈ ਇਹ ਇੱਕ ਚੰਗੀ ਖਬਰ ਵੀ ਹੈ। ਵੈਸੇ ਤਾਂ ਦਿੱਲੀ ਪ੍ਰਦੂਸ਼ਣ ਲਈ, ਦਿੱਲੀ ਗੰਦੀ ਰਾਜਨੀਤੀ ਲਈ, ਕਾਰੋਬਾਰੀ ਤੌਰ 'ਤੇ ਮੁੰਬਈ ਦਿੱਲੀ ਉਹ ਖੂਬ ਚਰਚਾ 'ਚ ਰਹਿੰਦੇ ਨੇ, ਪਰ ਅੱਜ ਦਿੱਲੀ ਅਫੋਰਡੇਬਿਲਟੀ ਸਿਟੀ ਹੈ ਕਹਿੰਦੇ ਵਿਦਿਆਰਥੀਆਂ ਦੇ ਲਈ, ਮਤਲਬ ਉਹਨਾਂ ਦੀ ਪਹੁੰਚ ਵਾਲਾ ਸ਼ਹਿਰ ਹੈ ਕਿ ਉੱਥੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਬੱਚੇ ਰਹਿ ਕੇ ਵੀ ਪੜ੍ਹਾਈ ਕਰ ਸਕਦੇ ਨੇ, ਜਾਂ ਆਮ ਲੋਕ ਕਿਸੇ ਨੇ ਰਹਿਣਾ ਹੋਵੇ, ਅਫੋਰਡੇਬਲ ਸਿਟੀ ਵਜੋਂ ਜੇ ਦੇਖਿਆ ਜਾਵੇ, ਹੈ ਉਹਦੇ ਮਾਮਲੇ 'ਚ ਦੁਨੀਆ ਦਾ ਦੂਜਾ ਸ਼ਹਿਰ। ਸੋ ਕਹਿੰਦੇ ਜੀ ਕਿਓਐਸ ਬੈਸਟ ਸਟੂਡੈਂਟ ਸਿਟੀਜ਼ 2025 ਦਾ 12ਵਾਂ ਐਡੀਸ਼ਨ ਮੰਗਲਵਾਰ ਨੂੰ ਕਹਿੰਦੇ ਰਿਲੀਜ਼ ਹੋਇਆ। ਸੋ ਇਹਦੇ ਵਿੱਚ ਇਹ ਸੂਚੀ 'ਚ ਬੈਸਟ 150 ਜਿਹੜੇ ਸਟੱਡੀ ਸ਼ਹਿਰ ਕੱਢੇ ਗਏ ਨੇ ਕਿ ਇਹਨਾਂ ਇਹਨਾਂ ਥਾਵਾਂ 'ਤੇ 150 ਅਜਿਹੇ ਸ਼ਹਿਰ ਜਿੱਥੇ ਪੜ੍ਹਾਈ ਦੇ ਲਈ ਮਾਹੌਲ ਵਧੀਆ ਹੈ, ਬਦਲ ਵਧੀਆ ਨੇ, ਫੀਸਾਂ ਦੇ ਮਾਮਲੇ ਦੇ ਵਿੱਚ ਵੀ ਹਰ ਤਰ੍ਹਾਂ ਦਾ ਪੱਧਰ ਹੈਗਾ, ਖਾਣ ਪੀਣ ਦੇ ਮਾਮਲੇ 'ਚ ਵੀ ਹਰ ਤਰ੍ਹਾਂ ਦਾ ਹੈਗਾ, ਤਾਂ ਉਹਨਾਂ ਜਿਹੜੇ 150 ਸ਼ਹਿਰ ਆਏ ਨੇ ਉਹਨਾਂ 'ਚ ਨੰਬਰ 1 'ਤੇ ਜੇਕਰ ਕੋਈ ਆਇਆ ਤਾਂ ਉਹ ਲੰਡਨ ਆਇਆ ਜੀ, ਨੰਬਰ 2 'ਤੇ ਜੇਕਰ ਕੋਈ ਆਇਆ ਤਾਂ ਉਹ ਟੋਕੀਓ ਆਇਆ, ਨੰਬਰ 3 ਦੇ ਉੱਤੇ ਸੋਲ ਹੈ, ਨੰਬਰ 4 ਦੇ ਉੱਤੇ ਮਿਊਨਿਕ ਹੈ, ਅਤੇ ਨੰਬਰ 5 ਦੇ ਉੱਤੇ ਮੈਲਬਰਨ ਹੈ। ਇਹਨਾਂ ਇਸੇ 150 ਦੀ ਸੂਚੀ ਦੇ ਵਿੱਚ ਦਿੱਲੀ 111ਵੇਂ ਨੰਬਰ 'ਤੇ ਆ, ਪਿਛਲੀ ਵਾਰ 132ਵੇਂ ਨੰਬਰ 'ਤੇ ਸੀ। ਸੋ 21 ਨੰਬਰਾਂ ਦਾ ਸੁਧਾਰ ਹੋਇਆ। ਮੁੰਬਈ 113ਵੇਂ ਨੰਬਰ 'ਤੇ ਆ, ਪਿਛਲੀ ਵਾਰ 118ਵੇਂ ਨੰਬਰ 'ਤੇ ਸੀ, 5 ਨੰਬਰਾਂ ਦਾ ਸੁਧਾਰ ਹੋਇਆ। ਬੰਗਲੌਰੂ 130ਵੇਂ ਨੰਬਰ 'ਤੇ ਆ, ਪਿਛਲੀ ਵਾਰ 147ਵੇਂ ਨੰਬਰ 'ਤੇ ਸੀ, 17 ਰੈਂਕ ਦਾ ਸੁਧਾਰ ਹੋਇਆ। ਚੇਨਈ 140ਵੇਂ ਨੰਬਰ 'ਤੇ ਆ, 14 ਰੈਂਕ ਦਾ ਸੁਧਾਰ ਹੋਇਆ ਇਹਦੇ ਵਿੱਚ ਵੀ। ਸੋ ਇਸ ਲਈ ਦਿੱਲੀ 150 ਸ਼ਹਿਰਾਂ ਦੇ ਵਿੱਚ 111ਵੇਂ 'ਤੇ ਆ, ਮੁੰਬਈ 113ਵੇਂ ਰੈਂਕ 'ਤੇ ਆ, ਬੰਗਲੌਰੂ 130ਵੇਂ ਨੰਬਰ 'ਤੇ ਆ, ਅਤੇ ਚੇਨਈ 140ਵੇਂ ਨੰਬਰ 'ਤੇ ਆ। ਅਤੇ ਜਿਹੜੇ ਅਫੋਰਡੇਬਲ ਸਿਟੀ ਨੇ ਉਹਨਾਂ 'ਚ ਦੁਨੀਆ 'ਚ ਦਿੱਲੀ ਦੂਏ ਨੰਬਰ 'ਤੇ ਆਇਆ। ਇਹ ਵੱਡੀ ਗੱਲ ਹੈ ਕਿ ਅਫੋਰਡੇਬਲ ਰੈਂਕ ਦੇ ਵਿੱਚ ਦਿੱਲੀ ਦਾ ਦੂਸਰਾ ਨੰਬਰ ਬਣਦਾ, ਅਤੇ ਇਸ ਲਈ ਇਹ ਇੱਕ ਚੰਗਾ ਸ਼ੁਭ ਸੰਕੇਤ ਹੈ ਕਿ ਅਸੀਂ ਪੜ੍ਹਾਈ ਦੇ ਮਾਮਲੇ ਦੇ ਵਿੱਚ ਵੀ ਆਪਣੇ ਸ਼ਹਿਰਾਂ ਨੂੰ ਉਸ ਕੈਟਾਗਰੀ 'ਚ ਦਰਜ ਕਰਾਉਣ 'ਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਾਂ, ਜਿੱਥੇ ਕਿਉਂਕਿ ਵਿਦੇਸ਼ਾਂ ਤੋਂ ਵਿਦਿਆਰਥੀ ਖਾਸੇ ਪੜ੍ਹਨ ਆਉਂਦੇ ਆ, ਵੱਖ ਵੱਖ ਮੁਲਕਾਂ ਦੇ ਵਿਦਿਆਰਥੀ ਇੱਥੇ ਕਾਫੀ ਗਿਣਤੀ 'ਚ ਪੜ੍ਹਨ ਆਉਂਦੇ ਆ, 170 ਮੁਲਕਾਂ ਦੇ ਵਿਦਿਆਰਥੀ ਇਸ ਸਮੇਂ ਪੜ੍ਹਨ ਆਉਂਦੇ ਆ, ਅਤੇ 40,000-46,000 ਦੇ ਕਰੀਬ ਇਹ ਗਿਣਤੀ ਹੈਗੀ ਹੈ ਜਿਹੜੇ ਬਾਕੀ ਮੁਲਕਾਂ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਆ, ਜਿਨ੍ਹਾਂ 'ਚ ਨੇਪਾਲ ਦੇ ਵਿਦਿਆਰਥੀ 28% ਹੈ, ਅਫਗਾਨਿਸਤਾਨ ਦੇ ਵਿਦਿਆਰਥੀ ਆ, ਇੱਥੋਂ ਤੱਕ 6% ਅਮਰੀਕੀ ਵਿਦਿਆਰਥੀ ਵੀ ਇੱਥੇ ਪੜ੍ਹਨ ਆਉਂਦੇ ਆ, ਬੰਗਲਾਦੇਸ਼ ਦੇ 6 ਵੀ ਆਉਂਦੇ ਆ, UAE ਦੇ ਆਉਂਦੇ ਆ, ਭੂਟਾਨ ਦੇ 3% ਦੇ ਕਰੀਬ ਵਿਦਿਆਰਥੀ ਆਉਂਦੇ ਆ। ਸੋ ਇੰਝ 46,000 ਵਿਦਿਆਰਥੀ ਭਾਰਤ ਪੜ੍ਹਨ ਆਉਂਦਾ, ਜਿਨ੍ਹਾਂ ਦੇ ਵਿੱਚੋਂ ਹੁਣ ਅਫੋਰਡੇਬਲ ਸਿਟੀਆਂ ਦੇ ਹਵਾਲੇ ਨਾਲ ਦਿੱਲੀ ਦੁਨੀਆ ਦਾ ਦੂਜਾ ਸ਼ਹਿਰ ਹੈ, ਅਤੇ 150 ਦੁਨੀਆ ਦੇ ਪੜ੍ਹਾਈ ਵਾਲੇ ਸ਼ਹਿਰਾਂ ਦੇ ਪੱਖੋਂ 'ਚੋਂ ਸਾਡੇ 4 ਸ਼ਹਿਰ ਦਿੱਲੀ, ਮੁੰਬਈ, ਬੰਗਲੌਰੂ ਅਤੇ ਚੇਨਈ ਦਾ ਨਾਮ ਦਰਜ ਹੈ। ਤੁਸੀਂ ਵੇਖਦੇ ਰਹੋ ਦਾ TVNRI। ਬਹੁਤ ਬਹੁਤ ਸ਼ੁਕਰੀਆ।